ਮੈਂ ਵਿਨੇ ਹਰੀ ਅੱਜ ਤੁਹਾਨੂੰ ਦੱਸੂਗਾ ਕਿ ਕਿੱਦਾਂ ਅਸੀਂ 100% ਵੀਜ਼ਾ ਲੈ ਸਕਦੇ ਆ ਕਮ ਹੋਣਾ ਜਾਂ ਕਮ ਨਹੀਂ ਹੋਣਾ ਕਦੀ ਵੀ ਪਰਸੈਂਟੇਜ ਦੇ ਨਾਲ ਆંકੜਿਆਂ ਦੇ ਨਾਲ ਤੁਸੀਂ ਨਹੀਂ ਜਿੱਤ ਸਕਦੇ ਤੁਸੀਂ ਹਸਪਤਾਲ ਦੇ ਵਿੱਚ ਜਾਂਦੇ ਹੋ ਮਰੀਜ਼ ਲੈ ਕੇ ਜਾਂ ਮਰੀਜ਼ ਨੇ ਠੀਕ ਹੋ ਜਾਣਾ ਜਾਂ ਉਹਨੇ ਮਰ ਜਾਣਾ ਕੋਈ ਵੀ ਕੋਈ ਨਹੀਂ ਚਾਹਦਾ ਕਿ ਉਹਦੇ ਮਰੀਜ਼ ਨੂੰ ਕੁਝ ਹੋਵੇ ਹਰ ਕੋਈ ਚਾਹੁੰਦਾ ਸਾਡਾ ਮਰੀਜ਼ ਬਚ ਜਾਵੇ ਹਰ ਇੱਕ ਹਸਪਤਾਲ ਬਣਾਇਆ ਜਾਂਦਾ ਵਾ ਲੋਕਾਂ ਨੂੰ ਠੀਕ ਕਰਨ ਵਾਸਤੇ ਕਿਸੇ ਵੀ ਏਜੰਟ ਦੇ ਦਫਤਰ ਜਾਂਦੇ ਹੋ ਕੋਈ ਵੀ ਏਜੰਟ ਨਹੀਂ ਚਾਹੁੰਦਾ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਵੇ ਹਰ ਕੋਈ ਚਾਹੁੰਦਾ ਤੁਹਾਡਾ ਵੀਜ਼ਾ ਲੱਗ ਜਾਵੇ ਤੁਸੀਂ ਜਾ ਕੇ ਪਰਸੈਂਟੇਜ ਪੁੱਛਦੇ ਹੋ ਜੀ ਕਿੰਨੇ ਪਰਸੈਂਟ ਚਾਂਸ ਨੇ ਸਾਡੇ ਚਾਂਸ 99% ਵਾਲਾ ਵੀ ਫੇਲਗਾ ਇੱਥੇ 100% ਦੀ ਜ਼ਿੰਮੇਵਾਰੀ ਲੈਣੀ ਪੈਣੀ ਹੈ ਦੁਨੀਆ ਦੇ ਕਿਸੇ ਵੀ ਸੂਬੇ 'ਚ ਦੁਨੀਆ ਦੇ ਕਿਸੇ ਵੀ ਦੇਸ਼ 'ਚ ਕਿਸੇ ਵੀ ਜਗ੍ਹਾ ਤੇ 100% ਦੀ ਗੱਲ ਨਹੀਂ ਕੀਤੀ ਜਾਂਦੀ ਜਦੋਂ ਵੀਜ਼ੇ ਦੀ ਵਾਰੀ ਆਉਂਦੀ ਹੈ ਹੋਲੀ ਤੇਣੀ ਬੰਦਾ ਕਹਿੰਦਾ ਜੀ ਆਪਕੇ ਤੋਂ 99% ਚਾਂਸ ਹੈ ਜਾਂ ਬੀਬੀ ਜੀ ਕਹਿੰਦੇ ਆ ਕਿ ਨਹੀਂ ਸਰ ਯੂਅਰ ਚਾਂਸਿਸ ਆਰ ਵੈਰੀ ਮੱਚ ਬ੍ਰਾਈਟ ਯੂ ਵਿਲ ਗੈਟ 99% ਵੀਜ਼ਾ ਕਿਉਂ 100% ਲਫ਼ਜ਼ ਨਹੀਂ ਵਰਤਿਆ ਜਾਂਦਾ ਕਿਉਂਕਿ ਜ਼ਿੰਮੇਵਾਰੀ ਆ ਜਾਂਦੀ ਹੈ ਜ਼ਿੰਮੇਵਾਰੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ 100% ਆਖਦੇ ਹੋ ਬਹੁਤ ਸਾਰੇ ਲੋਕ ਚੁਟਕਲੇ ਬਣਾਉਂਦੇ ਆ ਕਿ ਗੋਡ ਤੇ ਫਰਾਡ ਹੀ ਤੁਹਾਨੂੰ ਗਾਰੰਟੀ ਦੇ ਸਕਦੇ ਆ ਮੈਂ ਕਹਿੰਦਾ ਜਿਹੜਾ ਬੰਦਾ ਤੁਹਾਨੂੰ ਗਾਰੰਟੀ ਨਹੀਂ ਦੇ ਸਕਦਾ ਉਹਨੂੰ ਕਾਰੋਬਾਰ ਕਰਨ ਦਾ ਕੋਈ ਹੱਕ ਨਹੀਂ ਹੈ ਸਾਨੂੰ ਗਾਰੰਟੀ ਹੈ ਆਪਣੇ ਕੰਮ ਦੇ ਉੱਤੇ ਸਾਨੂੰ ਗਾਰੰਟੀ ਹੈ ਆਪਣੀ ਮਿਹਨਤ ਦੇ ਉੱਤੇ ਅਸੀਂ ਤੁਹਾਡੀ ਫਾਈਲ ਲੈਣੀ ਹੈ ਅਸੀਂ ਤੁਹਾਡੀ ਫਾਈਲ ਐਮਬੈਸੀ ਨੂੰ ਭੇਜਣੀ ਹੈ ਤੁਸੀਂ ਐਮਬੈਸੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋ ਕਦੀ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਤੁਹਾਡਾ 2 4 5 ਵਾਰੀ ਰਿਫਿਊਜ਼ ਹੋ ਗਿਆ ਤੁਹਾਡੇ ਕੋ ਕੋਈ ਰਾਹ ਨਹੀਂ ਹੈਗਾ ਅਸੀਂ ਤੁਹਾਨੂੰ ਕਾਮਯਾਬ ਕਰਨ ਦਾ ਰਸਤਾ ਦੱਸਾਂਗੇ ਜਿਹੜੇ ਕਾਗਜ਼ 100% ਵੀਜ਼ੇ ਲਈ ਚਾਹੀਦੇ ਨੇ ਉਹ ਕਾਗਜ਼ ਲਿਆਓ ਮੈਂ ਵੀਜ਼ਾ ਲਵਾ ਦੂੰਗਾ ਗੱਲ 100% ਦੀ ਐ ਤੇ 100% ਪੈਸੇ ਵੀ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਤੁਹਾਡੇ ਆਇਲਸ ਦੇ ਵਿੱਚ 6 ਬੈਂਡ E ਚ ਹੈਗੇ ਆ ਤੁਹਾਨੂੰ ਪੜ੍ਹਾਈ ਛੱਡਿਆ 10 ਸਾਲ ਵੀ ਹੋ ਗਏ ਆ ਫਿਰ ਵੀ 100% ਵੀਜ਼ਾ ਆਏਗਾ ਤੁਸੀਂ 33 ਨੰਬਰਾਂ ਨਾਲ ਪਾਸ ਹੋਏ ਹੋ ਫਿਰ ਵੀ ਵੀਜ਼ਾ 100% ਆਏਗਾ ਤੁਹਾਡਾ ਵੀਜ਼ਾ 5-7 ਵਾਰੀ ਰਿਫਿਊਜ਼ ਹੋ ਗਿਆ ਫਿਰ ਵੀ ਵੀਜ਼ਾ 100% ਆਏਗਾ ਜਿਹੜੇ 99% ਕਹਿੰਦੇ ਆ ਉਹ ਆਪਣੇ ਆਪ ਹੀ ਪਿੱਛੇ ਹਟ ਜਾਣਗੇ ਅੱਜ ਗਰੰਟੀ ਤੇ ਗੱਲ ਹੁੰਦੀ ਪਈ ਆ ਜਿਹਨੂੰ ਤਜਰਬਾ ਵਾ ਜਿਹਨੂੰ ਆਪਣੀ ਮਿਹਨਤ ਦੇ ਉੱਤੇ ਸ਼ੱਕ ਨਹੀਂ ਹੈਗਾ ਹਰ ਕੋਈ ਕਾਮਯਾਬ ਨਹੀਂ ਹੁੰਦਾ ਪਰ ਜਦੋਂ ਕੋਈ ਰਸਤੇ ਤੇ ਤੁਰਦਾ ਵਾ ਕਿਤੇ ਤਾਂ ਪਹੁੰਚਦਾ ਹੀ ਆ ਤੁਸੀਂ ਸਾਡੇ ਕੋਲ ਆਣਾ ਵਾ ਜੋ ਵੀ ਤੁਹਾਡੇ ਅੰਦਰ ਕਮੀ ਹੋਏਗੀ ਪਹਿਲਾਂ ਕਮੀ ਨੂੰ ਡਿਸਕਸ ਕੀਤਾ ਜਾਏਗਾ ਕਿ ਤੁਹਾਡਾ ਵੀਜ਼ਾ ਕਿਉਂ ਨਹੀਂ ਲੱਗਾ ਤੁਹਾਡਾ ਵੀਜ਼ਾ ਇੱਕ ਦੋ ਵਾਰੀ ਰਿਫਿਊਜ਼ ਹੈ ਸਭ ਤੋਂ ਪਹਿਲਾਂ ਕਿਸੇ ਏਜੰਟ ਕੋ ਜਾਂਦੇ ਹੋ ਪਹਿਲਾਂ ਇਹ ਪੁੱਛੋ ਤੁਹਾਨੂੰ ਵੀਜ਼ਾ ਕਿਉਂ ਨਹੀਂ ਮਿਲਿਆ ਪਿਛਲੀ ਵਾਰੀ ਬੱਚਾ ਸਾਡੇ ਕੋਲ ਆ ਕੇ ਕਹਿੰਦਾ ਨਹੀਂ ਤੁਸੀਂ ਗਵਰਨਮੈਂਟ ਕਾਲਜ 'ਚ ਨਹੀਂ ਭੇਜਦੇ ਮੈਂ ਪ੍ਰਾਈਵੇਟ ਕਾਲਜ 'ਚ ਨਹੀਂ ਜਾਣਾ ਮੈਂ ਤਾਂ ਗਵਰਨਮੈਂਟ ਕਾਲਜ 'ਚ ਜਾਊਂਗਾ ਜਦੋਂ ਤੁਸੀਂ 2 3 4 ਵਾਰੀ ਗਵਰਨਮੈਂਟ ਕਾਲਜ 'ਚ ਰਿਫਿਊਜ਼ ਹੋ ਚੁੱਕੇ ਹੋ ਤੁਸੀਂ ਸਵਾਦ ਚੱਖ ਲਿਆ ਤੁਸੀਂ 1 ਲੱਖ ਡੇਢ ਲੱਖ ਰੁਪਏ ਖਰਾਬ ਕਰ ਲਿਆ ਹੁਣ ਕੀ ਲੱਭਦੇ ਹੋ ਤੁਸੀਂ ਐਮਬੈਸੀ ਤੋਂ ਕੈਨੇਡਾ ਜਾਣਾ ਜ਼ਰੂਰੀ ਹੈ ਇੱਕ ਕੰਸਲਟੈਂਟ ਆਪਦੀ ਮਿਹਨਤ ਦੀ ਜ਼ਿੰਮੇਵਾਰੀ ਲੈ ਸਕਦਾ ਪਹਿਲੀ ਪੌੜੀ ਤੁਸੀਂ ਉਦੋਂ ਚੜਦੇ ਆਂ ਜਦੋਂ ਤੁਹਾਡਾ ਵੀਜ਼ਾ ਲੱਗਦਾ ਹਜੇ ਮੰਜ਼ਿਲ ਬਹੁਤ ਦੂਰ ਹੈ ਤੁਸੀਂ ਜਾ ਕੇ ਬੰਦੇ ਵਾਂਗੂ ਕਾਨੂੰਨ ਦੇ ਧਾਇਰੇ 'ਚ ਰਹਿਣਾ ਵਾ ਕੈਨੇਡਾ ਤੁਹਾਨੂੰ ਸਾਲ ਡੇਢ ਸਾਲ 2 ਸਾਲ ਕਾਨੂੰਨ ਦੇ ਧਾਇਰੇ 'ਚ ਰਹਿ ਕੇ ਪੜ੍ਹਨਾ ਪਏਗਾ ਇਮਾਨਦਾਰੀ ਨਾਲ ਉਸ ਮੁਲਕ ਦੇ ਵਿੱਚ ਟੈਕਸ ਦੇਣਾ ਪਏਗਾ ਉੱਥੇ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ ਫਿਰ ਤੁਹਾਨੂੰ ਵਰਕ ਪਰਮਿਟ ਮਿਲੇਗਾ ਵਰਕ ਪਰਮਿਟ ਤੋਂ ਬਾਅਦ ਤੁਸੀਂ ਪੀਆਰ ਫਾਈਲ ਕਰੋਗੇ 3 ਸਾਲ ਲੱਗ ਜਾਂਦੇ ਆ ਤੁਹਾਨੂੰ ਵਰਕ ਪਰਮਿਟ ਤੱਕ ਪਹੁੰਚਦੇ ਆ ਉਹਦੇ ਤੋਂ ਬਾਅਦ ਤੁਸੀਂ ਪੀਆਰ ਲੈਂਦੇ ਜੇ ਪੀਆਰ ਤੋਂ ਬਾਅਦ ਤੁਹਾਨੂੰ ਸਿਟੀਜ਼ਨਸ਼ਿਪ ਮਿਲਦੀ ਆ ਫਿਰ ਤੁਸੀਂ ਕੈਨੇਡੀਅਨ ਨਾਗਰਿਕ ਬਣਦੇ ਹੋ ਬੜਾ ਸੋਖਾ ਵੈ ਕਹਿਣਾ ਕਿ 99% ਚਾਂਸ ਅਕਸਰ ਲੋਕਾਂ ਨੂੰ ਕਹਿੰਦੇ ਸੁਣਿਆ ਕਿ ਨਹੀਂ ਜ਼ਿੰਮੇਵਾਰੀ ਤਾਂ ਐਮਬੈਸੀ ਨੇ ਦੇਣੀ ਆ ਜੀ ਵੀਜ਼ਾ ਤਾਂ ਐਮਬੈਸੀ ਨੇ ਦੇਣਾ ਫਿਰ ਅਸੀਂ ਦੁਕਾਨਾਂ ਕਿਉਂ ਖੋਲੀਆਂ ਆ ਅੱਜ ਬਹੁਤ ਸਾਰੀਆਂ ਕੰਪਨੀਆਂ ਦੇ ਵਿੱਚ ਹਜ਼ਾਰਾਂ ਹੀ ਲੋਕ ਕੰਮ ਕਰਦੇ ਨੇ ਅੱਜ ਪੰਜਾਬ ਸਰਕਾਰ ਨੇ ਪੰਜਾਬ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ 10000 ਤੋਂ ਵੱਧ ਲੋਕਾਂ ਦੇ ਕੋਲ ਲਾਇਸੈਂਸ ਹੈ ਬਾਹਰ ਭੇਜਣ ਦਾ ਕੀ ਸਾਰਿਆਂ ਦੇ ਸਾਰੇ ਵੀਜ਼ੇ ਲੱਗਦੇ ਆ ਕੀ ਕੋਈ ਹੈ ਇਸੋ ਜਾਂ ਉਹ ਜੀਆਂ ਏਜੰਸੀਆਂ ਜਿਹੜੀਆਂ ਕਹਿੰਦੀਆਂ ਆ ਕਿ ਅਸੀਂ 100% ਵੀਜ਼ਾ ਲਵਾ ਕੇ ਦਵਾਂਗੇ ਜਿਹਨੂੰ ਆਪਣੇ ਕੰਮ ਦੇ ਉੱਤੇ ਯਕੀਨ ਨਹੀਂ ਹੈਗਾ ਉਹ ਤੁਹਾਡੀ ਬਾਹ ਕਿਦਾਂ ਫੜੇਗਾ ਮੇਰੇ ਕੋਲ ਆਇਓ ਜੇ ਤੁਹਾਨੂੰ 100% ਵੀਜ਼ਾ ਚਾਹੀਦਾ ਹੈ ਜੇ 99% ਚਾਹੀਦਾ ਤੇ ਬਹੁਤ ਲੋਕ ਨੇ ਜਿਹੜੇ ਲਵਾ ਕੇ ਦੇ ਸਕਦੇ ਨੇ ਸਾਡਾ ਟਰੈਕ ਰਿਕਾਰਡ ਸਾਡੀ ਹਿਸਟਰੀ ਅੱਜ ਡਿਜੀਟਲ মিডিਆ ਦੇ ਪਈ ਆ ਬਹੁਤ ਸਾਰੀਆਂ ਨੈਗੇਟਿਵ ਵੀਡੀਓ ਵੀ ਮੇਰੇ ਅਗੇਂਸਟ ਬਣੀਆਂ ਮੈਂ ਕਦੀ ਡਿਲੀਟ ਨਹੀਂ ਕਰਾਈਆਂ ਪੋਜ਼ਿਟਿਵ ਕਮੈਂਟ ਵੀ ਤੁਹਾਨੂੰ ਮਿਲਣਗੇ ਨੈਗੇਟਿਵ ਕਮੈਂਟ ਵੀ ਮਿਲਣਗੇ ਜਿਨ੍ਹਾਂ ਦਾ ਵੀਜ਼ਾ ਲੱਗ ਜਾਂਦਾ ਉਹਦੇ ਵਾਸਤੇ ਅਸੀਂ ਚੰਗੇ ਹੋ ਜਾਂਦੇ ਆ ਜਿਹਦਾ ਵੀਜ਼ਾ ਰਿਫਿਊਜ਼ ਹੋ ਜਾਂਦਾ ਉਹਦੇ ਵਾਸਤੇ ਅਸੀਂ ਠੱਗ ਹੋ ਜਾਂਦੇ ਆ ਪੈਸੇ ਵੀਜ਼ਾ ਤੋਂ ਬਾਅਦ ਦੀ ਮੁਹਿੰਮ ਅਸੀਂ ਚਲਾਈ ਸੀ ਅੱਜ ਤੱਕ ਲੋਕਾਂ ਨੂੰ ਹਜਮ ਨਹੀਂ ਹੁੰਦਾ ਇਹ ਕਿਉਂ ਚੱਲਦਾ ਪਿਆ ਕਿੱਦਾਂ ਹੋ ਸਕਦਾ ਅੱਜ ਤੋਂ 4 4.5 ਸਾਲ ਪਹਿਲਾਂ ਅਸੀਂ ਬਿਨਾ ਆਇਲਸ ਦੇ ਬੱਚਿਆਂ ਨੂੰ ਬਾਹਰ ਭੇਜਿਆ ਅੱਜ 100% ਵੀਜ਼ੇ ਤੱਕ ਪਹੁੰਚੇ ਆ ਕੋਈ ਵੀ ਕਾਰੋਬਾਰ ਕਰਦੇ ਹੋ ਜਦੋਂ ਤੱਕ ਤੁਸੀਂ ਉਸ ਕਾਰੋਬਾਰ ਦੀ 100% ਨੌਲੇਜ ਹਾਸਲ ਨਹੀਂ ਕਰ ਲੈਂਦੇ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਉਸ ਕਾਰੋਬਾਰ ਚੋਂ ਪੈਸੇ ਕਮਾਣ ਦਾ 2 4 5 7 8 10 ਵਾਰੀ ਰਿਫਿਊਜ਼ ਹੋ ਵੀ ਜੇ ਦੀ ਜ਼ਿੰਮੇਵਾਰੀ ਮੈਂ ਲਵਾਂਗਾ ਅੱਜ ਬਾਹਰ ਜਾਣ ਵਾਲਾ ਬੱਚਾ ਜਾਣਨਾ ਚਾਹੁੰਦਾ ਹੈ ਮੇਰਾ ਵੀਜ਼ਾ ਕਿੰਨੇ ਨੰਬਰਾਂ ਤੇ ਲੱਗੂਗਾ ਆਇਲਸ ਦੇ ਕਿੰਨੇ ਬੈਂਡ ਚਾਹੀਦੇ ਹੋਣਗੇ ਫੰਡ ਕਿੰਨੇ ਸ਼ੋਅ ਕਰਨੇ ਪੈਣਗੇ ਮਾਪੇ ਦੀ ਆਮਦਨ ਕਿੰਨੀ ਦਿਖਾਣੀ ਪਵੇਗੀ ਤੁਹਾਨੂੰ ਆਇਲਸ ਦੇ ਵਿੱਚ 6 ਬੈਂਡ ਲੈਣੇ ਪੈਣਗੇ ਤੁਹਾਡੇ ਮਾਤਾ ਪਿਤਾ ਦੀ ਆਮਦਨ 10 ਤੋਂ 12 ਲੱਖ ਰੁਪਇਆ ਸਾਲ ਦੀ ਹੋਣੀ ਚਾਹੀਦੀ ਹੈ ਤੁਸੀਂ 12ਵੀਂ ਕਲਾਸ ਦੇ ਵਿੱਚ ਪਾਸ ਹੋਵੋ ਤੁਹਾਡਾ 5-7 ਸਾਲ ਦਾ ਗੈਪ ਹੈ ਤੁਸੀਂ ਉਸ ਗੈਪ ਨੂੰ ਜਸਟੀਫਾਈਡ ਕਰਦੇ ਹੋਵੋ ਇਦਾਂ ਦੇ ਸਾਰੇ ਕਾਗਜ਼ਾਤ ਤੁਹਾਡੇ ਕੋਲ ਹੈਗੇ ਆ ਤੁਸੀਂ ਵੀਜ਼ੇ ਤੱਕ ਪਹੁੰਚ ਸਕਦੇ ਜੇ ਸਾਡੀ ਕੰਪਨੀ ਦਾ ਮਕਸਦ ਤੁਹਾਨੂੰ ਸਹੀ ਰਸਤਾ ਦਿਖਾਣਾ ਵੈ ਸਾਨੂੰ ਨੌਲੇਜ ਹੈ ਕਿਸ ਤਰੀਕੇ ਨਾਲ ਤੁਹਾਡੀ ਫਾਈਲ ਬਣਨੀ ਹੈ ਤੁਸੀਂ ਸਾਡੇ ਕੋਲ ਆਓਗੇ ਤੁਹਾਨੂੰ ਗਾਈਡ ਕੀਤਾ ਜਾਏਗਾ ਸਭ ਤੋਂ ਪਹਿਲਾਂ ਕੀ ਇਸ ਕਮੀ ਹੈ ਤੁਹਾਡੇ ਅੰਦਰ ਕਿਹੜੇ-ਕਿਹੜੇ ਰੀਜ਼ਨ ਨੇ ਜਿਨ੍ਹਾਂ ਕਰਕੇ ਵੀਜ਼ਾ ਰਿਫਿਊਜ਼ ਹੋ ਸਕਦਾ ਉਹ ਸਾਰੇ ਵੀਜ਼ੇ ਦੇ ਰੀਜ਼ਨ ਤੁਹਾਡੇ ਨਾਲ ਡਿਸਕਸ ਕੀਤੇ ਜਾਣਗੇ ਤੁਹਾਡੀਆਂ ਸਾਰੀਆਂ ਕਮੀਆਂ ਨੂੰ ਪੂਰਿਆਂ ਕਰਦਾ ਹੋਇਆਂ ਤੁਹਾਡਾ ਕੇਸ ਲੌਂਜ ਕੀਤਾ ਜਾਏਗਾ ਅੱਜ ਬਹੁਤ ਸਾਰੇ ਲੋਕ ਸਿਰਫ ਹਾਂ ਸੁਣਨਾ ਚਾਹੁੰਦੇ ਨੇ ਜਦਕਿ ਹਾਂ ਕਹਿਣ ਵਾਲਾ ਕੋਈ ਨਹੀਂ ਹੈਗਾ ਅਸੀਂ ਜ਼ਿੰਮੇਵਾਰੀ ਲੈਨੇ ਆ ਤੁਹਾਨੂੰ ਸਹੀ ਗਾਈਡ ਕਰਾਂਗੇ ਸਾਡੇ ਕੋਲ ਆਓ ਆਪਦੇ ਕਾਗਜ਼ ਦਿਖਾਓ ਔਰ ਸਾਡੇ ਕੋ ਸਮਝੋ ਤੁਸੀਂ ਕਿਹੜੇ ਕਾਲਜ ਔਰ ਕਿਹੜੇ ਕੋਰਸ ਵਾਸਤੇ एलिਜੀਬਲ ਜੇ ਬਾਕੀ ਚੀਜ਼ਾਂ ਤੁਸੀਂ ਮੈਨੂੰ ਮਿਲ ਕੇ ਡਿਸਕਸ ਕਰ ਸਕਦੇ ਹੋ ਜਲੰਧਰ ਚੰਡੀਗੜ੍ਹ ਅਮਰitsar ਤਿੰਨ ਜਗ੍ਹਾ ਤੇ ਸਾਡਾ ਦਫਤਰ ਆ ਜਿੱਥੇ ਤੁਸੀਂ ਮੈਨੂੰ 1 ਟੂ 1 ਮਿਲ ਕੇ ਆਪਦੀ ਸਾਰੇ ਸਮੱਸਿਆ ਦਾ ਹੱਲ ਕੱਢ ਸਕਦੇ ਜੇ ਜ਼ਿਆਦਾ ਜਾਣਕਾਰੀ ਲਈ ਦਿੱਤੇ ਗਏ ਨੰਬਰਾਂ ਤੇ ਫੋਨ ਕਰਕੇ ਅਪਾਇੰਟਮੈਂਟ ਲਓ ਮੈਨੂੰ ਮਿਲੋ ਤੇ ਆਪਣਾ ਬਾਹਰ ਜਾਣ ਦਾ ਸੁਪਨਾ ਸਕਾਰ ਕਰੋ